ਮੈਂ ਇਹ ਗੱਲ ਕਹਿਣੀ ਚਾਹੁੰਦਾ ਇਮਰਾਨ ਖਾਨ ਸਾਹਿਬ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਰਹਿ ਕੇ। ਇੱਕ ਮੈਂ ਤੁਹਾਨੂੰ ਹੋਰ ਮੇਰਾ ਸੁਨੇਹਾ ਜਿਹੜਾ ਮੈਂ ਚਾਹੁੰਦਾ ਕਿ ਤੁਹਾਡੇ ਤੱਕ ਪਹੁੰਚ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਇਹ ਹਿੰਦੂ ਸਿੱਖ ਅਤੇ ਮੁਸਲਮਾਨ ਨੂੰ ਇੱਕ ਚੀਜ਼ ਜੋੜ ਕੇ ਰੱਖਦੀ ਹੈ, ਉਹ ਹੈ ਜ਼ਬਾਨ, ਉਹ ਹੈ ਬੋਲੀ। ਸਾਡੀ ਜ਼ਮੀਨਾਂ ਸਾਂਝੀਆਂ, ਸਾਡੇ ਪਾਣੀ ਸਾਂਝੇ, ਸਾਡੀਆਂ ਵਿਰਾਸਤਾਂ ਸਾਂਝੀਆਂ, ਸਾਡੀਆਂ ਬੋਲੀਆਂ ਸਾਂਝੀਆਂ ਰਹੀਆਂ ਨੇ। ਜੇ ਪਾਕਿਸਤਾਨ ਦੇ ਪੰਜਾਬੀ ਨੂੰ ਅਤੇ ਭਾਰਤ ਦੇ ਪੰਜਾਬੀ ਨੂੰ ਕੋਈ ਚੀਜ਼ ਨੇੜੇ ਕਰਦੀ ਹੈ, ਕੋਈ ਖਿੱਚਦੀ ਹੈ ਸਾਨੂੰ ਇੱਕ ਦੂਜੇ ਵੱਲ, ਤਾਂ ਉਹ ਆ ਸਾਡੀ ਜ਼ਬਾਨ। ਸੋ ਮੇਰਾ ਇਹ ਸੁਨੇਹਾ ਤੁਹਾਡੇ ਤੱਕ ਜੇ ਪਹੁੰਚਦਾ ਤਾਂ ਤੁਸੀਂ ਬਹੁਤ ਚੰਗੇ ਕੰਮ ਕੀਤੇ ਆ। ਇਸ ਕੰਮ ਦੇ ਵਿੱਚ ਵੀ ਪਹਿਲਕਦਮੀ ਕਰੋ ਤਾਂ ਕਿ ਇਹ ਜ਼ਬਾਨ ਜਿਹੜੀ ਸਾਡੀ ਪੰਜਾਬੀ ਜ਼ਬਾਨ ਹੈ, ਸਾਡੀ ਬੋਲੀ ਹੈ, ਮਾਂ ਬੋਲੀ ਹੈ, ਇਹ ਜਿਉਂਦੀ ਰਹੇ। ਸਿੱਧੂ ਸਾਹਿਬ ਤੁਹਾਡੇ ਤੱਕ ਵੀ ਮੇਰਾ ਸੁਨੇਹਾ ਮੈਂ ਪਹੁੰਚਾਉਣਾ ਚਾਹੁੰਦਾ ਕਿ ਜੇ ਤੁਹਾਡੇ ਤੁਸੀਂ ਜਾਂਦੇ ਹੋ ਪਾਕਿਸਤਾਨ ਤਾਂ ਇਮਰਾਨ ਖਾਨ ਦੇ ਵਿੱਚ ਜਿਹੜੀ ਮੈਂ ਪੰਜਾਬੀ ਜ਼ਬਾਨ ਦੀ ਗੱਲ ਕੀਤੀ ਹੈ, ਪੰਜਾਬੀ ਬੋਲੀ ਦੀ ਗੱਲ ਕੀਤੀ ਹੈ, ਉਹ ਜ਼ਰੂਰ ਕੰਨ 'ਚ ਕਹਿ ਕੇ ਆਇਓ। ਕੋਈ ਵੀ ਬਾਬੇ ਨਾਨਕ ਦਾ ਸੱਚਾ ਸਿੱਖ ਹੈ, ਉਹ ਦਿਹਾੜੀ ਕਰ ਲੂਗਾ, ਦਿਹਾੜੀ ਕਰਕੇ ਕਮਾ ਲੂਗਾ $20, ਪਰ ਉਹ ਕਿਸੇ ਤੋਂ ਲੈ ਕੇ ਨਹੀਂ ਜਾਂਦਾ। ਅੱਜ ਦਾ ਜਿਹੜਾ ਮਤਲਬ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਇੱਕ ਬਿਆਨ ਲੱਗਿਆ ਹਰਸਿਮਰਤ ਕੌਰ ਦਾ, ਉਹ ਕਹਿੰਦੀ ਹੈ, ਉਹ ਕੈਪਟਨ ਨੂੰ ਭੰਡ ਰਹੀ ਹੈ, ਕਹਿੰਦੀ ਕੈਪਟਨ ਨੇ ਜਿਹੜਾ ਬਿਆਨ ਦਿੱਤਾ ਅੱਤਵਾਦੀਆਂ ਵਾਲਾ, ਇਹ ਬਹੁਤ ਗਲਤ ਹੈ, ਨਿੰਦਣ ਯੋਗ ਹੈ, ਕੈਪਟਨ ਨੂੰ ਆਪਣਾ ਬਿਆਨ ਵਾਪਸ ਲੈਣਾ। ਹੁਣ ਪਤਾ ਲੱਗ ਗਿਆ ਉਹਨਾਂ ਨੂੰ ਕਿ ਯਾਰ ਲੋਕ ਸਾਡੇ ਖਿਲਾਫ਼ ਹੋ ਗਏ ਆ, ਵੀ ਲੋਕ ਸਾਡੇ ਜੁੱਤੀਆਂ ਮਾਰਨ ਲੱਗ ਗਏ ਆ, ਕਿਉਂਕਿ ਪਤਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਲੋਕ ਕਿਹੜੀ ਗੱਲ ਦੇ ਹੱਕ 'ਚ। ਪੰਜਾਬ ਵਿੱਚ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਸੰਘਰਸ਼ ਕਰ ਰਹੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਂ 'ਤੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਲੱਖਾ ਸਿਧਾਣਾ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਇਮਰਾਨ ਖਾਨ ਨੂੰ ਪਾਕਿਸਤਾਨੀ ਪੰਜਾਬ ਦੇ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਵਜੋਂ ਪੰਜਾਬੀ ਪੜ੍ਹਾਏ ਜਾਣ ਦੀ ਅਪੀਲ ਕੀਤੀ ਹੈ। ਲੱਖਾ ਸਿਧਾਣਾ ਨੇ ਇਮਰਾਨ ਖਾਨ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਇਮਰਾਨ ਖਾਨ ਦੀ ਤਾਰੀਫ ਕਰਦਿਆਂ ਅਪੀਲ ਕੀਤੀ ਕਿ ਪਾਕਿਸਤਾਨੀ ਪੰਜਾਬ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਜ਼ਰੂਰ ਪੜ੍ਹਾਈ ਜਾਵੇ। ਚਾਹੁੰਦਾ ਕਿ ਮੇਰਾ ਜਿਹੜਾ ਸੁਨੇਹਾ ਇਮਰਾਨ ਖਾਨ ਸਾਹਿਬ ਤੱਕ ਅਤੇ ਉੱਥੋਂ ਦੀ ਜਿਹੜੀ ਵਜ਼ਾਰਤ ਹੈ, ਉੱਥੋਂ ਦੀ ਜਿਹੜੀ ਸਰਕਾਰ ਹੈ, ਉੱਥੋਂ ਜਿਹੜੇ ਲੋਕ ਨੇ, ਉੱਥੋਂ ਤੱਕ ਚੱਲਿਆ ਜਾਵੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਇਮਰਾਨ ਖਾਨ ਸਾਹਿਬ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਰਹਿ ਕੇ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇੱਕ ਯੂਨੀਵਰਸਿਟੀ ਬਣਾਉਣ ਦਾ ਨੀਂਹ ਪੱਥਰ ਰੱਖਿਆ, ਤੁਸੀਂ ਬਾਬੇ ਨਾਨਕ ਦੇ ਨਾਂ ਦੇ ਉੱਤੇ ਇੱਕ ਡਾਕ ਟਿਕਟ ਜਾਰੀ ਕੀਤੀ ਹੈ, ਇੱਕ ਸਿੱਕਾ ਜਾਰੀ ਕੀਤਾ, ਤੁਸੀਂ ਜਿੰਨੇ ਵੀ ਸਿੱਖ ਧਰਮ ਨਾਲ ਸੰਬੰਧਿਤ ਕੋਈ ਇਤਿਹਾਸਕ ਇਮਾਰਤਾਂ ਹੈਗੀਆਂ ਨੇ, ਸਿੱਖ ਧਰਮ ਨਾਲ ਸੰਬੰਧਿਤ ਕੋਈ ਗੁਰੂ ਘਰ ਹੈਗੇ ਨੇ, ਉਹਨਾਂ ਨੂੰ ਉਹਨਾਂ ਦੀ ਜਿਹੜੀ ਮੁਰੰਮਤ ਕਰਾਈ ਹੈ, ਉਹਨਾਂ ਨੂੰ ਤੁਸੀਂ ਠੀਕ ਕਰਾਇਆ, ਜਿਹੜੇ ਵੀ ਕੋਈ ਢਹਿ ਗਏ ਸੀ ਜਾਂ ਹੋਰ ਸੀ, ਅਤੇ ਇਹ ਬਹੁਤ ਵਧੀਆ ਤੁਸੀਂ ਕੰਮ ਜਿਹੜਾ, ਮੈਨੂੰ ਲੱਗਦਾ ਕਿ ਜਿੰਨਾ ਮਤਲਬ ਕੌਮ ਆ ਜਿਹੜੀ ਉਹ ਸਦਾ ਤੁਹਾਨੂੰ ਹਮੇਸ਼ਾ ਹੀ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖੂਗੀ। ਪਰ ਇੱਕ ਮੈਂ ਤੁਹਾਨੂੰ ਹੋਰ ਮੇਰਾ ਸੁਨੇਹਾ ਜਿਹੜਾ ਮੈਂ ਚਾਹੁੰਦਾ ਕਿ ਤੁਹਾਡੇ ਤੱਕ ਪਹੁੰਚ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਇਹ ਕਿ ਦੇਖੋ ਇੱਕ ਇੱਕ ਚੀਜ਼ ਆ, ਇੱਕ ਇੱਕ ਜ਼ਬਾਨ ਹੈ, ਇੱਕ ਬੋਲੀ ਹੈ ਜਿਹੜੀ ਸਾਨੂੰ ਹਿੰਦੂ ਮੁਸਲਮਾਨ ਅਤੇ ਸਿੱਖ ਨੂੰ ਜੋੜ ਕੇ ਰੱਖਦੀ ਆ, ਉਹ ਹੈ ਕਿ ਦੇਖੋ ਹਿੰਦੂ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਸਿੱਖ ਆਪਣੇ ਧਰਮ 'ਚ ਵਿਸ਼ਵਾਸ ਰੱਖਦੇ ਨੇ, ਉਹਨੂੰ ਮੰਨਦੇ ਨੇ, ਮੁਸਲਮਾਨ ਆਪਣੇ ਧਰਮ 'ਚ ਵਿਸ਼ਵਾਸ ਰੱਖਦੇ ਨੇ, ਉਹਨੂੰ ਮੰਨਦੇ ਨੇ, ਪਰ ਇਹਨਾਂ ਤਿੰਨਾਂ ਨੂੰ ਹਿੰਦੂ ਸਿੱਖ ਅਤੇ ਮੁਸਲਮਾਨ ਨੂੰ ਇੱਕ ਚੀਜ਼ ਜੋੜ ਕੇ ਰੱਖਦੀ ਹੈ, ਉਹ ਆ ਜ਼ਬਾਨ, ਉਹ ਆ ਬੋਲੀ। ਉਹ ਬੋਲੀ ਕਰਕੇ ਜਿਹੜੀ ਸਾਡੀ ਸਾਂਝ ਹੈ, ਸਦੀਆਂ ਅਸੀਂ ਇਕੱਠੇ ਰਹੇ ਹਾਂ, ਸੈਂਕੜੇ ਸਾਲ ਸਾਡੇ ਬਜ਼ੁਰਗਾਂ ਨੇ ਇਕੱਠੇ ਸਾਡਾ ਦੁੱਖ ਸੁੱਖ ਸਾਂਝਾ ਰਿਹਾ, ਸਾਡੀ ਜ਼ਮੀਨਾਂ ਸਾਂਝੀਆਂ, ਸਾਡੇ ਪਾਣੀ ਸਾਂਝੇ, ਸਾਡੀਆਂ ਵਿਰਾਸਤਾਂ ਸਾਂਝੀਆਂ, ਸਾਡੀਆਂ ਬੋਲੀਆਂ ਸਾਂਝੀਆਂ ਰਹੀਆਂ ਨੇ। ਜੇ ਪਾਕਿਸਤਾਨ ਦੇ ਪੰਜਾਬੀ ਨੂੰ ਅਤੇ ਭਾਰਤ ਦੇ ਪੰਜਾਬੀ ਨੂੰ ਕੋਈ ਚੀਜ਼ ਨੇੜੇ ਕਰਦੀ ਹੈ, ਕੋਈ ਖਿੱਚਦੀ ਹੈ ਸਾਨੂੰ ਇੱਕ ਦੂਜੇ ਵੱਲ, ਤਾਂ ਉਹ ਆ ਸਾਡੀ ਜ਼ਬਾਨ। ਪਰ ਮੈਨੂੰ ਇਹ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ, ਬਲੋਚਿਸਤਾਨ ਦੇ ਵਿੱਚ ਜਿਹੜੀ ਬਲੋਚੀ ਜ਼ਬਾਨ ਹੈ, ਉਹ ਪੜ੍ਹਾਈ ਜਾਂਦੀ ਹੈ ਸਕੂਲਾਂ 'ਚ। ਇਸ ਤਰ੍ਹਾਂ ਹੀ ਜਿਹੜਾ ਆਪਣਾ ਸਿੰਧ ਦੇ ਵਿੱਚ ਸਿੰਧੀ ਪੜ੍ਹਾਈ ਜਾਂਦੀ ਹੈ, ਅਤੇ ਸੂਬਾ ਸਰਹੱਦ ਦੇ ਵਿੱਚ ਜਿਹੜੀ ਪਸਤੋ ਪੜ੍ਹਾਈ ਜਾਂਦੀ ਹੈ, ਪਰ ਉੱਥੇ ਹਾਲਾਤ ਜਿਹੜੇ ਪੰਜਾਬੀ ਜ਼ਬਾਨ ਦੇ ਬੜੇ ਮਾੜੇ ਆ ਕਿ ਲਾਹੌਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ, ਜਿਹੜਾ ਪੰਜਾਬ ਸੂਬਾ ਬਹੁਤ ਵੱਡਾ ਪੰਜਾਬ ਹੈ, ਇੱਧਰਲੇ ਪੰਜਾਬ ਨੂੰ ਸੁੱਡਲਾ ਪੰਜਾਬ ਬਹੁਤ ਵੱਡਾ ਹੈ, ਅਤੇ ਉਸ ਪੰਜਾਬ ਦੇ ਵਿੱਚ ਮੈਨੂੰ ਸੁਣਨ 'ਚ ਇਹ ਆਇਆ ਕਿ ਸਕੂਲਾਂ ਦੇ ਵਿੱਚ ਜਿਹੜੀ ਮੁੱਢਲੀ ਸਿੱਖਿਆ ਉਹ ਪੰਜਾਬੀ 'ਚ ਨਹੀਂ ਦਿੱਤੀ ਜਾਂਦੀ। ਸੋ ਮੇਰਾ ਇਹ ਸੁਨੇਹਾ ਤੁਹਾਡੇ ਤੱਕ ਜੇ ਪਹੁੰਚਦਾ ਤਾਂ ਤੁਸੀਂ ਬਹੁਤ ਚੰਗੇ ਕੰਮ ਕੀਤੇ ਆ, ਇਸ ਕੰਮ ਦੇ ਵਿੱਚ ਵੀ ਪਹਿਲਕਦਮੀ ਕਰੋ ਤਾਂ ਕਿ ਇਹ ਜ਼ਬਾਨ ਜਿਹੜੀ ਸਾਡੀ ਪੰਜਾਬੀ ਜ਼ਬਾਨ ਹੈ, ਸਾਡੀ ਬੋਲੀ ਹੈ, ਮਾਂ ਬੋਲੀ ਹੈ, ਇਹ ਜਿਉਂਦੀ ਰਹੇ। ਇਹ ਬੋਲੀ ਨੇ ਹੀ ਸਾਨੂੰ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਭਾਈਚਾਰੇ ਨੂੰ ਕਾਇਮ ਰੱਖਣਾ ਅਤੇ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਣਾ। ਇਹ ਮੇਰਾ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਤਾਂ ਇਹਨੂੰ ਜ਼ਰੂਰ ਇਸ ਗੱਲ 'ਤੇ ਗੌਰ ਕਰਕੇ
ਪੰਜਾਬੀ ਜ਼ਬਾਨ ਨੂੰ ਚੰਗੀ ਤਰੀਕੇ ਨਾਲ ਸਕੂਲਾਂ ਦੇ ਵਿੱਚ ਪੜ੍ਹਾ ਕੇ ਉਹਨੂੰ ਲਾਗੂ ਕਰਾਓ। ਜਿਸ ਤਰ੍ਹਾਂ ਸਾਡੇ ਇੱਧਰ ਜਵਾਨ ਨੂੰ ਖਤਰਾ ਹੋਇਆ, ਪੰਜਾਬੀ ਬੋਲੀ ਨੂੰ ਖਤਰਾ ਹੋਇਆ, ਪੰਜਾਬੀ ਦੇ ਬਹੁਤ ਜਿਹੜੇ ਸ਼ਹਿਰਦ ਲੋਕ ਨੇ, ਜਿਹੜੇ ਚਿੰਤਤ ਲੋਕ ਨੇ, ਉਹ ਪੰਜਾਬੀ ਨੂੰ ਲੈ ਕੇ ਉਹਨਾਂ ਨੇ ਰੌਲਾ ਗੌਲਾ ਵੀ ਪੈ ਰਿਹਾ। ਅੱਜ ਹੀ ਸੈਸ਼ਨ ਦੇ ਵਿੱਚ ਜਿਹੜਾ ਪੰਜਾਬ ਦਾ ਮੰਤਰੀ ਹੈ ਤਰਪਿੰਦਰ ਬਾਜਵਾ, ਉਹਦਾ ਬਿਆਨ ਆਇਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਬੋਰਡ ਹੋਊਗਾ ਪੰਜਾਬੀ 'ਚ ਹੋਊਗਾ। ਅੱਜ ਦਾ ਬਿਆਨ ਆ ਇਹ ਪੰਜਾਬ ਸਰਕਾਰ ਦਾ, ਬਹੁਤ ਵਧੀਆ ਬਿਆਨ ਆ। ਤੋ ਉਦੋਂ ਸ਼ਾਇਦ ਅਗਲੇ ਕੈਬਨਿਟ ਦੇ ਵਿੱਚ ਇਹ ਮਤਾ ਪਾਸ ਕਰ ਦੇਣਗੇ। ਤਾਂ ਇਸ ਤਰ੍ਹਾਂ ਹੀ ਚਾਹੁੰਦੇ ਹਾਂ ਕਿ ਉੱਧਰਲੇ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਜ਼ਬਾਨ ਹੈ ਉਹ ਲਾਗੂ ਹੋਵੇ। ਲੱਖਾ ਸਿਧਾਣਾ ਨੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਦੇ ਮਾਮਲੇ 'ਤੇ ਵੀ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਿਧਾਣਾ ਮੁਤਾਬਕ ਭਾਰਤੀ ਸਿਆਸਤਦਾਨ ਨਵਜੋਤ ਸਿੱਧੂ ਦੀ ਬੱਲੇ ਬੱਲੇ ਤੋਂ ਤੰਗ ਹੋ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਪਾਕਿਸਤਾਨ ਵੱਲੋਂ ਰੱਖੀ $20 ਦੀ ਸ਼ਰਤ 'ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੀ ਮੈਂ ਗੱਲ ਕਰਨ ਲੱਗਿਆਂ ਕਿ ਬੜਾ ਅੱਜ ਬੜੀ ਜੈ ਜੈਕਾਰ ਹੋ ਰਹੀ ਹੈ, ਬੜੀ ਬੱਲੇ ਬੱਲੇ ਵਾਹ ਵਾਹ ਹੋਈ ਪਈ ਹੈ ਬੰਦੇ ਦੀ। ਹਰ ਬੰਦਾ ਉਹਨੂੰ ਸਲਾਮ ਸਲੂਟ ਕਰਦਾ, ਉਹਨੂੰ ਸਿਜਦਾ ਕਰਦਾ, ਹਰ ਬੰਦਾ ਉਹਨੂੰ ਚਾਹੁੰਦਾ ਕਿ ਯਾਰ ਮੈਂ ਸਿੱਧੂ ਦਾ ਮਤਲਬ ਕਿ ਉਹਦਾ ਧੰਨਵਾਦ ਕਰਦਾ। ਮੈਂ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦਾ, ਪਹਿਲਾਂ ਤਾਂ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਉਹਨੂੰ ਜਾਣ ਦੇਵੇ, ਕਿਉਂਕਿ ਇਹ ਨਹੀਂ ਨਾ ਚਾਹੁੰਦੇ ਕਿ ਸਾਡੀ ਜਿਹੜੀ ਨੇੜਤਾ, ਸਾਡੀ ਜਿਹੜੀ ਸਾਂਝੀ ਬਾਲਤਾ, ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਸਾਂਝੀ ਬਾਲਤਾ ਦਾ, ਭਾਈਚਾਰੇ ਦਾ, ਉਹ ਕਾਇਮ ਰਹੇ, ਅਸੀਂ ਇੱਕ ਦੂਜੇ ਦੇ ਨੇੜੇ ਹੋਈਏ। ਪਰ ਜੇ ਸਿੱਧੂ ਸਾਹਿਬ, ਤੁਹਾਡੇ ਤੱਕ ਵੀ ਮੇਰਾ ਸੁਨੇਹਾ ਮੈਂ ਪਹੁੰਚਾਉਣਾ ਚਾਹੁੰਦਾ ਕਿ ਜੇ ਤੁਹਾਡੇ ਤੁਸੀਂ ਜਾਂਦੇ ਹੋ ਪਾਕਿਸਤਾਨ, ਤਾਂ ਇਮਰਾਨ ਖਾਨ ਦੇ ਵਿੱਚ ਜਿਹੜੀ ਮੈਂ ਪੰਜਾਬੀ ਜ਼ਬਾਨ ਦੀ ਗੱਲ ਕੀਤੀ ਹੈ, ਪੰਜਾਬੀ ਬੋਲੀ ਦੀ ਗੱਲ ਕੀਤੀ ਹੈ, ਉਹ ਜ਼ਰੂਰ ਕੰਨ 'ਚ ਕਹਿ ਕੇ ਆਇਓ ਕਿ ਪਹਿਲੀ ਵਾਰੀ ਮੈਂ ਆਇਆ ਸੀਗਾ, ਤੁਸੀਂ ਮੈਨੂੂੰ ਜੱਫੀ ਪਾ ਕੇ ਇੱਥੋਂ ਭੇਜਿਆ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ। ਦੂਜੀ ਵਾਰ ਮੈਂ ਆਇਆ ਅਤੇ ਤੁਹਾਡੇ ਕੋਲ ਮੈਂ ਬੋਲੀ ਦੀ ਗੱਲ ਕਰਨ ਆਇਆ, ਅਤੇ ਇਹ ਅਗਲੇ ਸਾਲ ਜਦੋਂ ਆਪਾਂ ਦੁਬਾਰੇ ਇਕੱਠੇ ਹੋਈਏ ਤਾਂ ਉਦੋਂ ਤੁਹਾਡੇ ਅਤੇ ਪਾਕਿਸਤਾਨ ਦੇ ਅਤੇ ਇੱਧਰ ਭਾਰਤ ਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਦਿਹਾੜਾ ਵੀ ਆਪਾਂ ਇਕੱਠੇ ਮਿਲ ਕੇ ਮਨਾਈਏ। ਗੱਲ ਆਈ ਰੰਧਾਵੇ ਨੇ ਕੀਤੀ ਕਿ $20 ਦੀ, ਰੰਧਾਵੇ ਗੱਲ ਇਹ ਆ ਵੀ $20 ਦਾ ਰੌਲਾ ਪਾਉਂਦਾ ਕੌਣ ਆ? ਸਿਆਸਤਦਾਨ ਲੋਕ ਰੌਲਾ ਪਾਉਂਦੇ ਨੇ $20 ਦੀ, 1100-1200 ਜਾਂ 1400 ਜਾਂ 1500 ਜਿੰਨੇ ਵੀ ਪੈਸੇ ਬਣਦੇ ਨੇ। ਵਿੱਚ ਕਈ ਸਿਆਸਤਦਾਨਾਂ ਨੇ, ਕਈ ਲੀਡਰਾਂ ਨੇ, ਕਈ ਸਰਕਾਰਾਂ ਨੇ ਐਲਾਨ ਵੀ ਕਰਤੇ ਵੀ ਆਮ ਜਨਤਾ ਤਾਂ ਕਹਿੰਦੀ ਨਹੀਂ ਪਟਨੇ ਵੀ ਜਾਂਦੇ ਆਪਾਂ, ਹੋਰ ਵੀ ਗੱਡੀ ਦੂਰ ਜਾਂਦੇ। ਇਹ ਗੱਲ ਹੈਗੀ ਆ ਕਿ ਮੈਂ ਕਹਿੰਦਾ ਵੀ ਜਿਹੜੇ ਵੀ ਬੰਦਿਆਂ ਨੇ ਐਲਾਨ ਕੀਤਾ ਕਿ ਅਸੀਂ $20 ਦੇਵਾਂਗੇ, ਕੋਈ ਵੀ ਜਿਹੜਾ ਸਿੱਖ ਹੈ, ਕੋਈ ਵੀ ਬਾਬੇ ਨਾਨਕ ਦਾ ਸੱਚਾ ਸਿੱਖ ਹੈ, ਉਹ ਦਿਹਾੜੀ ਕਰ ਲੂਗਾ, ਦਿਹਾੜੀ ਕਰਕੇ ਕਮਾ ਲੂਗਾ $20, ਪਰ ਉਹ ਕਿਸੇ ਤੋਂ ਲੈ ਕੇ ਨਹੀਂ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਕੋਈ ਸੱਚਾ ਸਿੱਖ ਜਿਹੜਾ ਕਿਸੇ ਦੇ ਕੋਲੋਂ ਭੀਖ ਮੰਗ ਕੇ $20 ਲੈ ਕੇ ਉੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਉਹ ਦਰਸ਼ਨ ਕਰਕੇ ਆਊਗਾ। ਬਾਕੀ ਸਰਕਾਰ ਆਪ ਖਰਚਾ ਦੇ ਦੇ ਬਾਈ, ਫਿਰ ਵਿਸਾਖੀ ਵਾਲੇ ਦਿਨ ਕਿਹੜਾ ਟੂਲ ਟੈਕਸਾਂ ਤੋਂ ਅਸੀਂ ਚੱਕ ਦਿੰਦੇ ਵੀ ਅੱਜ ਯਾਰ ਵਿਸਾਖੀ ਆ, ਹਨਾ? ਬਿਲਕੁਲ, ਇਹ ਤਾਂ ਆਪਾਂ ਦੇਖਦੇ ਹਾਂ, ਬਾਦਲਾਂ ਨੇ ਵੀ ਰੌਲਾ ਪਾਇਆ ਵੀ ਇਹ ਜਜ਼ੀਆ ਲੈ ਰਹੇ ਨੇ ਜੀ। ਅੱਜ ਕੈਪਟਨ ਵੀ ਹੋਰ ਤਰ੍ਹਾਂ ਦੇ ਬਿਆਨ ਦੇ ਰਹੇ ਆ ਵੀ ਯਾਰ ਆਪਾਂ ਜਾਂਦੇ ਹਾਂ, ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੇ ਕਮਰਾ ਲੈਂਦੇ ਹਾਂ, ਉੱਥੇ ਵੀ ਤਾਂ ਪੈਸੇ ਆਪਾਂ ਦਿੰਦੇ ਹਾਂ, ਆਪਾਂ ਕਾਰ ਪਾਰਕਿੰਗ ਕੋਈ ਗੱਡੀ ਪਾਰਕ ਕਰਦੇ ਹਾਂ ਉੱਥੇ ਵੀ ਤਾਂ ਆਪਾਂ ਪੈਸੇ ਦਿੰਦੇ ਹਾਂ। ਇਸ ਤਰ੍ਹਾਂ ਭਾਰਤ ਦੇ ਵਿੱਚ ਕਈ ਇਸ ਤਰ੍ਹਾਂ ਦੇ ਸਥਾਨ ਹੈਗੇ ਨੇ ਜਿਹੜੇ ਮੰਦਰ ਹੈਗੇ ਨੇ, ਉੱਥੇ ਵੀ ਆਪਾਂ ਨੂੰ ਜੇ ਜਾਣਾ ਪਵੇ ਤਾਂ ਆਪਾਂ ਉੱਥੇ ਪੈਸੇ ਦਿੰਦੇ ਹਾਂ। ਯਾਰ ਇਹ ਕਿੱਡੀ ਘਟੀਆ ਦੇਖੋ ਰਾਜਨੀਤੀ ਆ। ਇੱਕ ਬੰਦਿਆਂ ਨੇ 800 ਏਕੜ ਦੇ ਕਰੀਬ ਜ਼ਮੀਨ ਅਕੁਆਇਰ ਕੀਤੀ ਆ, ਅਰਬਾਂ ਰੁਪਈਆ ਲਾਇਆ ਇਸ ਗਲਿਆਰੇ ਨੂੰ ਬਣਾਉਣ ਦੇ ਉੱਤੇ, ਅਤੇ $20 ਕਿੰਨੇ ਕੁ ਹੈ? ਜਣੇ ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਕੋਈ ਨਾ ਕੋਈ ਵੀ ਆਇਆ ਬਾਈ। ਆਹ ਉਹਦੀ ਕੈਪਟਨ ਦੇਖੋ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਕਿ ਜੀ ਪਹਿਲਾਂ ਉਹਨੇ ਬਿਆਨ ਸੀਗਾ ਕਿ ਇਹ ISI ਦੀ ਸਾਜਿਸ਼ ਹੈ ਜੀ, ਹੁਣ ਉਹਦਾ ਕੱਲ੍ਹ ਪਰਸੋਂ ਦਾ ਇੱਕ ਬਿਆਨ ਆ ਕਹਿੰਦਾ ਜੀ ਉੱਥੇ ਜੀ ਅੱਤਵਾਦੀਆਂ ਦੇ ਕੈਂਪ ਖੋਲ੍ਹਤੇ ਜੀ। ਯਾਰ ਐਡੀ ਵਧੀਆ ਸ਼ੁਰੂਆਤ ਹੋਣ ਜਾ ਰਹੀ ਆ ਦੋ ਦੇਸ਼ਾਂ ਦੇ ਵਿੱਚ, ਮੈਂ ਕਹਿੰਦਾ ਇਹ ਸ਼ੁਰੂਆਤ ਹੈ, ਇੱਕ ਅਮਨ ਚੈਨ ਦੀ ਸ਼ੁਰੂਆਤ ਹੈ, ਇੱਕ ਇੱਥੋਂ ਸੁਨੇਹਾ ਦੋਨਾਂ ਦੇਸ਼ਾਂ ਦੇ ਵਿੱਚ ਲੈ ਜਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਦੋਨੇ ਦੇਸ਼ ਕਿਤੇ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹੋਣਗੇ ਤਾਂ ਇੱਕ ਪ੍ਰਤੀਕ ਹੋਊਗਾ ਕਰਤਾਰਪੁਰ ਸਾਹਿਬ ਦਾ ਲਾਂਘਾ। ਇੱਥੋਂ ਸ਼ੁਰੂਆਤ ਹੋਣੀ ਆ ਕਿ ਹਾਂ ਕਿ ਦੁਨੀਆਂ ਦੇ ਵਿੱਚ ਵੀ ਸਾਡਾ ਇੱਕ ਸੁਨੇਹਾ ਜਾਣਾ ਕਿ ਦੋ ਦੇਸ਼ ਨੇ ਜਿਹੜੇ ਉਹ ਨੇੜੇ ਆ ਰਹੇ ਨੇ, ਜਿਨ੍ਹਾਂ ਨੇ 72 ਸਾਲ ਇੱਕ ਦੂਜੇ ਨੂੰ ਕਤਲੋਗਾਰਤ ਕੀਤਾ। ਕਤਲੋਗਾਰਤ ਕਰਦੇ ਕੌਣ ਆ? ਕੋਈ ਵੀ ਭਾਰਤੀ ਲੋਕ ਜਿਹੜੇ ਸਹੀ ਲੋਕ ਨੇ, ਸੱਚੇ ਸੱਚਾਈ ਵਾਲੇ ਲੋਕ ਨੇ, ਇਮਾਨਦਾਰ ਲੋਕ ਨੇ, ਜਾਂ ਜਿਹੜੇ ਸਮਝਦੇ ਇਸ ਗੱਲ ਨੂੰ, ਜਾਂ ਪਾਕਿਸਤਾਨ ਦੇ ਵਿੱਚ ਬੈਠੇ ਲੋਕ ਨੇ, ਉਹ ਨਹੀਂ ਚਾਹੁੰਦੇ ਜੰਗਾਂ ਹੋਣ, ਯੁੱਧਾਂ ਹੋਣ, ਸਰਹੱਦਾਂ ਦੇ ਉੱਤੇ ਸਾਡੇ ਫੌਜੀ ਨੌਜਵਾਨ ਮਾਰੇ ਜਾਣ। ਇਹ ਤਾਂ ਚੰਦਕ ਬੰਦੇ ਇੱਧਰ ਵੀ ਨੇ, ਸਿਆਸਤਦਾਨ ਨੇ ਜਿਹੜੇ ਚੰਦਕ, ਉੱਧਰ ਨੇ ਜਿਹੜੇ ਬੈਠੇ ਇਹ ਰੋਟੀਆਂ ਸਿੱਕੀ ਜਾਂਦੇ ਨੇ, ਇੱਧਰ ਵੀ ਇਹੀ ਕੁਛ ਚੱਲੀ ਜਾਂਦਾ, ਉੱਧਰ ਵੀ ਇੱਕੋ ਪਤਾ ਨਹੀਂ ਕਿਹੜਾ ਖਬਰਾਂ ਚੱਲ ਰਿਹਾ, ਬੈਠਾ ਉਹ ਧਰਨਾ ਲਾਈ ਬੈਠਾ, ਮੌਲਾਨਾ ਪਤਾ ਨਹੀਂ ਕੀ ਨਾਂ ਉਹਦਾ, ਉਹ ਕਹਿੰਦਾ ਵੀ ਇਹ ਕੰਮ ਗਲਤ ਹੋ ਰਿਹਾ। ਬਾਕੀ ਬਾਈ ਉਹ ਜਰਮਨ ਵਰਗੇ ਦੇਸ਼ ਹੋਰ ਕਿੰਨੀਆਂ ਲੜਾਈਆਂ ਲੋਕਾਂ ਦੀਆਂ ਲੱਗੀਆਂ, ਆਖਰ ਨੂੰ ਸਮਝੌਤੇ ਹੀ ਹੋਇਆ, ਜੰਗ ਨਾਲ ਤਾਂ ਮਸਲੇ ਫਿਰ ਵਿਗੜਦੇ। ਦੇਖੋ ਜੇ ਗੱਲ ਬਿਲਕੁਲ ਜੇ ਬਰਲਨ ਦੀ ਕਹਿੰਦੇ ਕੰਧ ਡਿੱਗ ਸਕਦੀ ਹੈ ਤੇ ਸਾਡੀਆਂ ਹੱਦਾਂ ਸਰਹੱਦਾਂ ਕੀ ਚੀਜ਼ ਨੇ? ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ISI ਵਾਲੇ ਬਿਆਨ ਤੋਂ ਬਾਅਦ
ਅਕਾਲੀ ਆਗੂ ਹਰਸਿਮਰਤ ਕੌਰ ਵੱਲੋਂ ਕੀਤੀ ਬਿਆਨ ਦੀ ਨਿਖੇਧੀ ਤੇ ਵੀ ਲੱਖਾ ਸਿਧਾਣਾ ਨੇ ਤੰਜ ਕਸੇ ਨੇ। ਅੱਜ ਦਾ ਮੈਂ ਤੁਹਾਨੂੰ ਇੱਕ ਹੋਰ ਦੱਸਦਾਂਗੇ। ਅੱਜ ਦੇਖੋ, ਪਹਿਲਾਂ ਬਾਦਲਾਂ ਨੇ ਬੜਾ ਪ੍ਰੋਪੋਗੰਡਾ ਕੀਤਾ ਸਿੱਧੂ ਦਾ, ਸਿੱਧੂ ਦੁਸ਼ਮਣ ਦੇਸ਼ ਵਗ ਗਿਆ, ਇਹ ISI ਦਾ ਏਜੰਟ ਹੈ, ਇਹ ਪਾਕਿਸਤਾਨ ਭੇਜ ਦਿਓ, ਇਕਦਾਰ ਹੈ। ਹੁਣ ਅੱਜ ਦਾ ਜਿਹੜਾ ਮਤਲਬ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਇੱਕ ਬਿਆਨ ਲੱਗਿਆ ਹਰਸਿਮਰਤ ਕੌਰ ਦਾ, ਉਹ ਕਹਿੰਦੀ ਹੈ, ਉਹ ਕੈਪਟਨ ਨੂੰ ਭੰਡ ਰਹੀ ਹੈ, ਕਹਿੰਦੀ ਕੈਪਟਨ ਨੇ ਜਿਹੜਾ ਬਿਆਨ ਦਿੱਤਾ ਅੱਤਵਾਦੀਆਂ ਵਾਲਾ, ਇਹ ਬਹੁਤ ਗਲਤ ਹੈ, ਨਿੰਦਣ ਯੋਗ ਹੈ, ਕੈਪਟਨ ਨੂੰ ਆਪਣਾ ਬਿਆਨ ਵਾਪਸ ਲੈਣਾ। ਹੁਣ ਪਤਾ ਲੱਗ ਗਿਆ ਉਹਨਾਂ ਨੂੰ ਕਿ ਯਾਰ ਲੋਕ ਸਾਡੇ ਖਿਲਾਫ਼ ਹੋ ਗਏ ਆ, ਵੀ ਲੋਕ ਸਾਡੇ ਜੁੱਤੀਆਂ ਮਾਰਨ ਲੱਗ ਗਏ ਆ, ਕਿਉਂਕਿ ਪਤਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਲੋਕ ਕਿਹੜੀ ਗੱਲ ਦੇ ਹੱਕ 'ਚ ਹੈ। ਸੋ ਇਹ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਨੇ। ਪਰ ਅੱਜ ਜਿਸ ਤਰ੍ਹਾਂ ਹੱਥ ਟੋਕਾ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ, ਮੈਂ ਕਹਿੰਦਾ ਸਭ ਤੋਂ ਵੱਡਾ ਜੇ ਕੁੜਿੱਕਾ ਪਾ ਰਿਹਾ ਅੱਜ, ਜਾਂ ਐਵੇਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਅੱਤਵਾਦੀ ਕੈਂਪਾਂ ਦੀਆਂ, ISI ਦੀਆਂ ਸਾਜਿਸ਼ਾਂ ਨੇ, ਇਹ ਨੇ ਵੋ ਯਾਰ, ISI ਦੀਆਂ ਜੇ ਸਾਜਿਸ਼ਾਂ, ਜੇ ਤੁਸੀਂ ਕਹਿੰਦੇ ਅੱਤਵਾਦੀ ਕੈਂਪ, ਅਗਲਾ ਇੱਥੇ ਕਰਤਾਰਪੁਰ ਦੇ ਕੋਲ ਹੀ ਲਾਊਗਾ, ਫਿਰ ਦੂਰ ਲਾ ਲੈ ਕੇ ਲਾ ਲਊਗਾ, ਜਾਂ ਜਾਂ ਗੁਜਰਾਤ ਦਾ ਵੀ ਨਾਲ ਹੱਦ ਲੱਗਦੀ ਹੈ ਪਾਕਿਸਤਾਨ ਦੇ, ਜਾਂ ਰਾਜਸਥਾਨ ਦੀ ਹੱਦ ਲੱਗਦੀ ਹੈ, ਉੱਥੋਂ ਅਗਲਾ ਕੋਈ ਜੇ ਕਿਸੇ ਨੇ ਕੋਈ ਭੇਜਣਾ ਅੱਤਵਾਦ, ਉੱਥੋਂ ਹੀ ਭੇਜ, ਗੁਰਦੁਆਰੇ ਦੇ ਲਾਂਘੇ ਰਾਹੀਂ ਅੱਤਵਾਦੀ ਆਉਣਗੇ। ਬਾਈ ਲੋਕ ਤਾਂ ਇੱਥੋਂ ਤੱਕ ਡਰੀ ਜਾਂਦੇ ਵੀ ਯਾਰ ਇਹ ਖੁੱਲਣੀ ਨਹੀਂ ਦਿੰਦੇ, ਮੈਨੂੰ ਐਂ ਲੱਗਦਾ ਵੀ ਐਂ ਲੋਕ, ਇਹ ਲੋਕਾਂ ਦੀ ਫਵਾਹ ਆ ਰਹੀ ਹੈ, ਗੱਲਾਂ ਆ ਰਹੀਆਂ ਲੋਕਾਂ ਦੀਆਂ, ਇੱਥੋਂ ਤੱਕ ਲੋਕ ਡਰੀ ਜਾਂਦੇ ਵੀ ਜਦੋਂ ਬਿਆਨ ਹੀ ਆ ਰੋਂਗ ਦੇਈ ਜਾਂਦੇ ਆ। ਬਿਲਕੁਲ, ਇਹ ਵੀ ਹੋ ਸਕਦਾ ਕਿ ਉਸ ਸਮੇਂ ਬਾਅਦ ਇਹ ਇਸ ਤਰ੍ਹਾਂ ਦਾ ਕੋਈ ਡਰਾਮਾ ਰਚ ਦੇਣ ਕਿ ਦੇਖੋ ਜੀ ਉੱਥੇ ਤਾਂ ਜੀ ਬੰਬ ਧਮਾਕਾ ਹੋ ਗਿਆ ਜੀ, ਉੱਥੇ ਤਾਂ ਜੀ ਅੱਤਵਾਦੀ ਆ ਗਏ। ਤੁਸੀਂ ਇੱਕ ਹੋਰ ਦੇਖੋ, ਮੇਰੀ ਗੱਲ ਸੁਣੋ, ਜਦੋਂ ਵੀ ਚਾਹੇ ਪੁਲਵਾਮਾ ਅਟੈਕ ਦੀ ਆਪਾਂ ਗੱਲ ਕਰ ਲਈ, ਹਮਲੇ ਦੀ ਗੱਲ ਕਰਾਂਗੇ, ਚਾਹੇ ਉਦੋਂ ਪਹਿਲਾਂ ਜਦੋਂ ਇੱਕ ਵਾਰੀ ਇੱਧਰ ਆਪਣਾ ਮਤਲਬ ਸੰਸਦ 'ਤੇ ਹਮਲਾ ਹੋਇਆ ਸੀਗਾ, ਉਦੋਂ ਦੀ ਆਪਾਂ ਗੱਲ ਕਰ ਲਈਏ, ਜਦੋਂ ਵੀ ਕੋਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਆਉਂਦਾ ਨਾ, ਇੱਕ ਬੰਬੇ ਤੋਂ ਕਰਾਚੀ ਬੰਦਰਗਾਹ ਜਿਹੜਾ ਜਿੱਥੇ ਨਰਾ ਵਪਾਰ ਹੁੰਦਾ ਦੋਨਾਂ ਦੇਸ਼ਾਂ ਦਾ, ਉਹ ਕਦੇ ਬੰਦ ਨਹੀਂ ਹੋਇਆ, ਕਦੇ ਵੀ ਬੰਦ ਨਹੀਂ ਹੋਇਆ, ਉਹ ਇੱਕ ਦਿਨ ਲਈ ਵੀ ਬੰਦ ਨਹੀਂ ਹੋਇਆ, ਜਿੱਡਾ ਮਰਜ਼ੀ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਰਿਹਾ ਹੋਵੇ, ਪਰ ਗਾਜ ਕਿੱਥੇ ਆ ਕੇ ਡਿੱਗਦੀ ਹੈ, ਆ ਕੇ ਵਾਹਗਾ ਬਾਰਡਰ ਬੰਦ ਕਰ ਦਿੰਦੇ ਆ, ਆ ਕੇ ਪੰਜਾਬ ਦਾ ਇਹ ਆ ਕੇ ਇੱਥੇ ਬੈਨ ਪਾਬੰਦੀਆਂ ਲਾ ਦਿੰਦੇ, ਹੋਰ ਸਾਰਾ ਚੱਲ ਰਿਹਾ, ਉਹ ਕਿਉਂ ਫਿਰ? ਸੋ ਹਮੇਸ਼ਾ ਹੀ ਆਪਾਂ ਨੂੰ ਮਾਰਿਆ ਗਿਆ, ਆਪਾਂ ਨੂੰ ਧੱਕਿਆ ਗਿਆ, ਪਰ ਹੁਣ ਮੈਂ ਕਹਿੰਦਾ ਕਿ ਸਮੁੱਚੇ ਪੰਜਾਬੀਆਂ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਹੋਊਗੀ, ਅਤੇ ਅਸੀਂ ਚਾਹੁੰਦੇ ਹਾਂ, ਦਿਲੋਂ ਸਲਾਮ ਹੈ, ਦਿਲੋਂ ਧੰਨਵਾਦ ਹੈ ਇਮਰਾਨ ਖਾਨ ਸਾਹਿਬ ਦਾ, ਉੱਥੋਂ ਦੀ ਪੂਰੇ ਆਵਾਮ ਦਾ, ਉੱਥੋਂ ਦੇ ਲੋਕਾਂ ਦਾ, ਉੱਥੇ ਪੰਜਾਬੀ ਭਰਾਵਾਂ ਦਾ। ਇਹ ਮੇਰੀ ਆਵਾਜ਼ ਨਹੀਂ ਹੈਗੀ ਕਿ ਮੈਂ ਇਕੱਲੇ ਦੀ ਆਵਾਜ਼ ਹੈ, ਇੱਥੋਂ ਦਾ ਹਰ ਸੱਚਾ ਪੰਜਾਬੀ ਦੀ ਆਵਾਜ਼ ਹੈ ਕਿ ਅਸੀਂ ਯਾਰ ਦੁਬਾਰਾ ਨੇੜੇ ਹੋ ਗਏ। ਮੈਂ ਫਿਲਹਾਲ ਇਸ ਮਾਮਲੇ 'ਤੇ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜਾਂ ਨਹੀਂ, ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ। ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ ਅੱਜ ਆਮ ਆਦਮੀ ਪਾਰਟੀ ਨੇ ਮਾਂ ਬੋਲੀ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ। ਸਦਨ ਦੀ ਕਾਰਵਾਈ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੁੱਦੇ 'ਤੇ ਸਾਂਝਾ ਮਤਾ ਲਿਆਉਣ ਦੀ ਮੰਗ ਕੀਤੀ, ਪਰ ਉਹਨਾਂ ਦੀ ਇਹ ਮੰਗ ਵਿਧਾਨ ਸਭਾ ਸਪੀਕਰ ਅਤੇ ਸੱਤਾਧਿਰ ਕਾਂਗਰਸ ਨੇ ਨਜ਼ਰ ਅੰਦਾਜ਼ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।